ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਹਰਿਮੰਦਰ ਸਾਹਿਬ। ਤੁਹਾਨੂੰ ਯਾਦ ਹੀ ਹੈ ਕਿ ਪਿਛਲੇ ਕੁਛ ਸਮੇਂ ਤੋਂ ਅਕਾਲੀ ਦਲ ਦੇ ਵਿੱਚ ਰੜਕਾ ਪਿਆ ਹੋਇਆ, ਬਾਗੀ ਧੜਾ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਦਲਾਵ ਦੀ ਗੱਲ ਕਰ ਰਿਹਾ। ਅੱਜ ਬਹੁਤ ਸਾਰੇ ਜਿਹੜੇ ਬਾਗੀ ਧੜੇ ਦੇ ਲੀਡਰ ਇੱਥੇ ਪਹੁੰਚੇ ਨੇ, ਜਿਨ੍ਹਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਫੁੱਲਾਂ ਬਖਸ਼ਾਉਣ ਦੀ ਅਰਦਾਸ ਵੀ ਕੀਤੀ ਗਈ ਹੈ। ਅਤੇ ਇਸ ਬਾਗੀ ਧੜੇ ਵੱਲੋਂ ਜਿਹੜੀਆਂ ਜਦੋਂ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸਨ, ਡਿਪਟੀ CM ਸਨ ਪੰਜਾਬ ਦੇ ਅਤੇ ਪੰਜਾਬ ਦੇ ਵਿੱਚ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ, ਉਸ ਵੇਲੇ ਕਿਹੜੀਆਂ ਕਿਹੜੀਆਂ ਭੁੱਲਾਂ ਹੋਈਆਂ ਸਨ, ਉਸ ਭੁੱਲਾਂ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਚਿੱਠੀ ਵੀ ਦਿੱਤੀ ਗਈ ਹੈ, ਜਿਸ ਚਿੱਠੀ ਦੇ ਵਿੱਚ ਮਾਫ਼ੀ ਜਿਹੜੀ ਇਹ ਮੰਗੀ ਗਈ ਹੈ ਕਿ ਅਸੀਂ ਵੀ ਉਸ ਜਿਹੜਾ ਸਰਕਾਰ ਦਾ ਹਿੱਸਾ ਸਾਂ, ਜਿਹੜੀਆਂ ਗਲਤੀਆਂ ਸਰਕਾਰ ਕੋਲੋਂ ਉਸ ਵੇਲੇ ਹੋਈਆਂ ਸਨ, ਸਾਨੂੰ ਉਦੋਂ ਬੋਲਣਾ ਚਾਹੀਦਾ ਸੀ ਪਰ ਅਸੀਂ ਖੁੱਲ੍ਹ ਕੇ ਨਹੀਂ ਬੋਲੇ। ਇਹਦੇ ਵਿੱਚ ਚਿੱਠੀ ਦੇ ਵਿੱਚ ਕੀ ਲਿਖਿਆ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ। ਜਿਹੜੀ ਚਿੱਠੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਦਿੱਤੀ ਹੈ, ਤੁਹਾਨੂੰ ਚਿੱਠੀ ਪੜ੍ਹ ਕੇ ਸੁਣਾਉਂਦੇ ਹਾਂ। ਉਹ ਚਿੱਠੀ ਦੇ ਵਿੱਚ ਕੀ ਲਿਖਿਆ, ਚਿੱਠੀ ਦੇ ਵਿੱਚ ਲਿਖਦੇ ਨੇ, ਸਤਿਕਾਰਯੋਗ ਸਿੰਘ ਸਾਹਿਬ ਭਾਈ ਰਘਵੀਰ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਿਸ਼ਾ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਰਾਹੀਂ ਗੁਰੂ ਅਤੇ ਗੁਰੂ ਪੰਥ ਕੋਲੋਂ ਖਿਮਾ ਜਾਚਨਾ ਕਰਨ ਸੰਬੰਧੀ। ਅੱਗੇ ਲਿਖਦੇ ਨੇ, ਜਥੇਦਾਰ ਜੀ ਆਪ ਭਲੀ ਭਾਂਤੀ ਜਾਣੂ ਹੋ ਕੇ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਸਰਮੌਰ ਜਥੇਬੰਦੀ ਹੈ। ਇਸ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੌਮੀ ਰਾਜਨੀਤੀ ਦੇ ਵਿੱਚ ਅਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਇਹ ਜਥੇਬੰਦੀ ਸਿੱਖ ਪੰਥ ਅਤੇ ਧਾਰਮਿਕ ਅਤੇ ਰਾਜਨੀਤਿਕ ਹਿੱਤਾਂ ਲਈ ਵੀ ਹਮੇਸ਼ਾ ਸਮਰਪਣ ਦੀ ਭਾਵਨਾ ਨਾਲ ਕੰਮ ਕਰਦੀ ਰਹੀ ਹੈ। ਇਸਨੇ ਖਾਸ ਕਰਕੇ ਗੁਰੂ ਧਾਮਾਂ ਦੀ ਸਾਂਭ ਸੰਭਾਲ ਦੇ ਵਿੱਚ ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰਾ ਸਹਿਯੋਗ ਦਿੱਤਾ ਹੈ। ਅੱਗੇ ਲਿਖਦੇ ਨੇ, ਸਮੇਂ ਇਸ ਨੇ ਪੰਜਾਬ ਵਿੱਚ ਲੋਕਾਂ ਤੋਂ ਫਤਵਾ ਲੈ ਕੇ ਆਪਣੀਆਂ ਸਰਕਾਰਾਂ ਵੀ ਬਣਾਈਆਂ ਹਨ ਅਤੇ ਪੰਥ ਅਤੇ ਪੰਜਾਬ ਦੀ ਬਿਹਤਰੀ ਲਈ ਮਹੱਤਵਪੂਰਨ ਫੈਸਲੇ ਲੈ ਕੇ ਇਹ ਆਪਣਾ ਇਤਿਹਾਸਕ ਰੋਲ ਅਦਾ ਕਰਦੀ ਰਹੀ ਹੈ। ਪਰ 2007 ਤੋਂ ਲੈ ਕੇ 2017 ਦੇ ਦਰਮਿਆਨ ਰਾਜ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਬਣੀ ਸੀ, ਉਸ ਸਮੇਂ ਅਨੇਕਾਂ ਭੁੱਲਾਂ ਹੋਈਆਂ ਸਨ, ਜਿਸ ਕਾਰਨ ਸਿੱਖ ਪੰਥ ਅਤੇ ਪੰਜਾਬ ਦੇ ਲੋਕਾਂ ਦਾ ਇੱਕ ਵੱਡਾ ਹਿੱਸਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਬਦਜਨ ਹੋ ਗਿਆ ਹੈ। ਇਸ ਕਾਰਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਧਾਰਮਿਕ ਖੇਤਰ ਵਿੱਚ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ ਹੈ, ਉੱਥੇ ਰਾਜਨੀਤਿਕ ਖੇਤਰ ਵਿੱਚ ਵੀ ਲੋਕਾਂ ਦੀ ਬੇਰੁਖੀ ਚੱਲਣੀ ਪਈ ਹੈ। ਇਸ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਤੇ ਖਾਸ ਤੌਰ 'ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਹੋਈਆਂ ਕੁਝ ਵੱਡੀਆਂ ਗਲਤੀਆਂ ਦਾ ਵੇਰਵਾ ਇਸ ਪ੍ਰਕਾਰ ਹੈ। ਸਾਰੀਆਂ ਗਲਤੀਆਂ ਲਈ ਸੁਖਬੀਰ ਬਾਦਲ ਨੂੰ ਜ਼ਿੰਮੇਦਾਰ ਠਹਿਰਾ ਦਿੱਤਾ ਗਿਆ। ਪਹਿਲੀ ਪੁਆਇੰਟ ਪਹਿਲਾਂ ਲਿਖਦੇ ਨੇ, ਸਲਾਬਤਪੁਰਾ ਵਿਖੇ 2007 ਵਿੱਚ ਸੱਚਾ ਸੌਦਾ ਡੇਰੇ 'ਤੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅੰਮ੍ਰਿਤ ਛਕਾਉਣ ਦੀ ਨਕਲ ਕਰਦਿਆਂ ਉਸੇ ਤਰ੍ਹਾਂ ਦੇ ਵਸਤਰ ਧਾਰਨ ਕਰਕੇ ਅੰਮ੍ਰਿਤ ਛਕਾਉਣ ਦਾ ਸਮਾਂਗ ਰਚਿਆ ਗਿਆ। ਇਸ ਵਿਰੁੱਧ ਉਸ ਸਮੇਂ ਪੁਲਿਸ ਕੇਸ ਵੀ ਦਰਜ ਹੋਇਆ, ਪਰ ਬਾਅਦ ਵਿੱਚ ਇਸ ਅਵੱਗਿਆ ਲਈ ਜ਼ਿੰਮੇਦਾਰ ਵਿਅਕਤੀਆਂ ਨੂੰ ਸਜ਼ਾ ਦੇ ਭਾਗੀ ਬਣਾਉਣ ਲਈ ਅਗਲੇਰੀ ਕਾਰਵਾਈ ਕਰਨ ਦੀ ਥਾਂ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਹ ਕੇਸ ਹੀ ਵਾਪਸ ਲੈ ਲਿਆ। ਦੂਜਾ ਪੁਆਇੰਟ ਲਿਖਦੇ ਨੇ, ਉਪਰੋਕਤ ਘਟਨਾਕ੍ਰਮ ਨੂੰ ਮੁੱਖ ਰੱਖਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੰਬੰਧਿਤ ਡੇਰੇਦਾਰ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ ਅਤੇ ਸਿੱਖ ਪੰਥ ਨੂੰ ਉਸ ਨਾਲ ਕੋਈ ਵੀ ਸਰੋਕਾਰ ਨਾ ਰੱਖਣ ਦਾ ਬਕਾਇਦਾ ਹੁਕਮਨਾਮਾ ਵੀ ਜਾਰੀ ਕੀਤਾ ਗਿਆ ਸੀ। ਪਰ ਉਸ ਸਮੇਂ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਅਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ
ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਡੇਰੇਦਾਰ ਨੂੰ ਮਾਫ਼ ਕਰਵਾ ਦਿੱਤਾ, ਜਿਸ ਸੰਬੰਧੀ ਆਪ ਜੀ ਉਸ ਸਮੇਂ ਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਵੀ ਬੁਲਾ ਕੇ ਸਪਸ਼ਟੀਕਰਨ ਲੈ ਸਕਦੇ ਹੋ ਅਤੇ ਇਸ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖ਼ਬਾਰਾਂ ਵਿੱਚ ਲਗਭਗ 90 ਲੱਖ ਰੁਪਏ ਖਰਚ ਕਰਕੇ ਇਸ਼ਤਿਹਾਰਬਾਜ਼ੀ ਵੀ ਕੀਤੀ ਗਈ। ਪਰ ਸਿੱਖ ਪੰਥ ਦੇ ਰੋਹ ਅਤੇ ਰੋਸ਼ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੂੰ ਇਸ ਫੈਸਲੇ ਤੋਂ ਪਿੱਛੇ ਹਟਣਾ ਪਿਆ। ਤੀਸਰਾ ਪੁਆਇੰਟ, 1 ਜੂਨ 2015 ਨੂੰ ਬਿਰਧ ਜਵਾਹਰ ਸਿੰਘ ਵਾਲਾ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੁਝ ਅਨਸਰਾਂ ਵੱਲੋਂ ਚੋਰੀ ਕਰਕੇ ਇਸ ਦੇ 110 ਅੰਗਾਂ ਦੀ 12 ਅਕਤੂਬਰ 2015 ਨੂੰ ਬਰਗਾੜੀ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਨੇੜੇ ਜ਼ਮੀਨ 'ਤੇ ਸੁੱਟ ਕੇ ਬੇਅਦਬੀ ਕੀਤੀ ਗਈ। ਇਸ ਨਾਲ ਸਿੱਖ ਪੰਥ ਵਿੱਚ ਭਾਰੀ ਰੋਸ਼ ਫੈਲ ਗਿਆ। ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਤੇ ਉਸ ਸਮੇਂ ਦੇ ਗ੍ਰਹਿ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਦੀ ਨਾ ਤਾਂ ਸਮੇਂ ਸਿਰ ਸਹੀ ਜਾਂਚ ਕਰਵਾ ਸਕੇ ਅਤੇ ਨਾ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿੱਚ ਸਫਲ ਹੋਏ। ਇਸ ਨਾਲ ਪੰਜਾਬ ਦੇ ਹਾਲਾਤ ਵਿਗੜੇ ਅਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਦੁਖਦਾਈ ਕਾਂਡ ਵਾਪਰੇ। ਇਹਨਾਂ ਕਾਂਡਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਜਵਾਬਦੇਹੀ ਨਹੀਂ ਬਣਾਇਆ ਜਾ ਸਕਿਆ। ਅਗਲਾ ਪੁਆਇੰਟ ਲਿਖਦੇ ਨੇ, ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇੱਕ ਹੋਰ ਵੱਡੀ ਗਲਤੀ ਕਰਦਿਆਂ ਸੁਮੇਧ ਸੈਣੀ ਨੂੰ ਪੰਜਾਬ ਦਾ ਪੁਲਿਸ ਮੁਖੀ ਲਾਇਆ, ਜੋ ਰਾਜ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਲਈ ਬਦਨਾਮ ਸੀ ਅਤੇ ਇੱਕ ਪੁਲਿਸ ਕਰਮੀ ਇਜ਼ਹਾਰ ਆਲਮ, ਜਿਸ ਨੇ ਆਲਮ ਸੈਨਾ ਦਾ ਗਠਨ ਕੀਤਾ, ਉਸ ਦੀ ਪਤਨੀ ਨੂੰ ਟਿਕਟ ਦੇ ਕੇ ਥਾਪੜਾ ਦਿੱਤਾ ਅਤੇ ਚੀਫ ਪਾਰਲੀਮੈਂਟਰੀ ਸਕੱਤਰ ਬਣਾਇਆ। ਇੱਥੇ ਅਸੀਂ ਇਹ ਵੀ ਵਰਣਨ ਕਰਨਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ 2012 ਦੇ ਵਿੱਚ ਬਣੀ ਸਰਕਾਰ ਅਤੇ ਇਸ ਤੋਂ ਪਹਿਲੀਆਂ ਅਕਾਲੀ ਸਰਕਾਰਾਂ ਵੀ ਲੋਕਾਂ ਨਾਲ ਵਾਅਦੇ ਕਰਨ ਦੇ ਬਾਵਜੂਦ ਰਾਜ ਵਿੱਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਕਮਿਸ਼ਨ ਬਣਾ ਕੇ ਨਿਰਪੱਖ ਜਾਂਚ ਕਰਵਾਉਣ ਅਤੇ ਪੀੜਤਾਂ ਨੂੰ ਰਾਹਤ ਦੇਣ ਵਿੱਚ ਅਸਫਲ ਰਹੀਆਂ। ਅੱਗੇ ਲਿਖਦੇ ਨੇ, ਇਹ ਅਤੇ ਇਸ ਤਰ੍ਹਾਂ ਦੇ ਹੋਰ ਘਟਨਾਕ੍ਰਮ ਕਰਕੇ ਸਿੱਖ ਪੰਥ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਾਰਾਜ਼ ਅਤੇ ਨਿਰਾਸ਼ ਹੋ ਗਿਆ, ਜਿਸ ਕਾਰਨ ਰਾਜਨੀਤਿਕ ਅਤੇ ਧਾਰਮਿਕ ਖੇਤਰ ਵਿੱਚ ਇਸ ਦੀ ਹਾਲਤ ਲਗਾਤਾਰ ਪਤਲੀ ਹੁੰਦੀ ਚਲੀ ਗਈ। ਇਸ ਦਾ ਸਿੱਟਾ ਇਹ ਵੀ ਨਿਕਲਿਆ ਕਿ ਦੇਸ਼ ਵਿੱਚ ਅਤੇ ਪੰਜਾਬ ਵਿੱਚ ਬੰਦੀ ਸਿੰਘਾਂ ਅਤੇ ਦੇਸ਼ ਵਿਦੇਸ਼ ਵਿੱਚ ਸਿੱਖਾਂ ਦੇ ਹੋਰ ਮਸਲੇ ਸਮੇਂ-ਸਮੇਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੱਲ ਕਰਵਾਉਣ ਲਈ ਦੇਸ਼ ਅਤੇ ਪੰਜਾਬ ਦੇ ਹੁਕਮਰਾਨਾਂ ਸਾਹਮਣੇ ਰੱਖਦੀ ਰਹੀ। ਉਹਨਾਂ ਨੂੰ ਹੁਕਮਰਾਨਾਂ ਵੱਲੋਂ ਨਜ਼ਰਅੰਦਾਜ਼ ਕੀਤਾ ਜਾਣ ਲੱਗਿਆ। ਇੱਥੋਂ ਤੱਕ ਕਿ ਮੌਜੂਦਾ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਗੁਰਦੁਆਰਾ ਐਕਟ ਵਿੱਚ ਸੋਧ ਕਰਕੇ ਗੁਰਬਾਣੀ ਦੇ ਕੀਰਤਨ ਅਤੇ ਪ੍ਰਸਾਰਣ ਅਤੇ ਹੋਰ ਮਾਮਲਿਆਂ 'ਤੇ ਆਪਣੇ ਫੈਸਲੇ ਥੋਸਣ ਦੀ ਵੀ ਕੋਸ਼ਿਸ਼ ਕੀਤੀ। ਲਿਖਦੇ ਨੇ, ਅਸੀਂ ਇਹ ਵੀ ਸਵੀਕਾਰ ਕਰਦੇ ਹਾਂ ਕਿ ਇਹ ਸਾਰੇ ਘਟਨਾਕ੍ਰਮ ਦੌਰਾਨ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਹਿੱਸਾ ਰਹੇ ਹਾਂ। ਅਸੀਂ ਇਹ ਵੀ ਸਵੀਕਾਰ ਕਰਦੇ ਹਾਂ ਕਿ ਉਸ ਸਮੇਂ ਉਪਰੋਕਤ ਮੁੱਦਿਆਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਦੀ ਗਲਤ ਪਹੁੰਚ ਨੂੰ ਰੋਕਣ ਵਿੱਚ ਵੀ ਅਸੀਂ ਅਸਫਲ ਰਹੇ। ਭਾਵੇਂ ਪਾਰਟੀ ਅੰਦਰ ਇਹਨਾਂ ਦੁਖਦਾਈ ਮਾਮਲਿਆਂ ਨੂੰ ਅਸੀਂ ਵਾਰ-ਵਾਰ ਉਠਾਉਂਦੇ ਵੀ ਰਹੇ ਹਾਂ, ਅਸੀਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਇਹ ਵੀ ਕਹਿੰਦੇ ਰਹੇ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹਾਜ਼ਰ ਹੋ ਕੇ ਉਪਰੋਕਤ ਗਲਤੀਆਂ ਲਈ ਗੁਰਮਤੀ ਮਰਿਆਦਾ ਦੇ ਅਨੁਸਾਰ ਪਛਤਾਪ ਕੀਤਾ ਜਾਏ ਅਤੇ ਸਪਸ਼ਟ ਰੂਪ ਦੇ ਵਿੱਚ ਮਾਫ਼ੀ ਮੰਗੀ ਜਾਏ। ਪਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਸ ਲਈ ਸਹਿਮਤ ਨਹੀਂ ਹੋਈ।
ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਹਿੱਸਾ ਹੋਣ ਕਾਰਨ ਸਾਨੂੰ ਹੋਈਆਂ ਇਹਨਾਂ ਗਲਤੀਆਂ ਦਾ ਗਹਿਰਾ ਅਫਸੋਸ ਹੈ ਅਤੇ ਸਾਡੇ ਮਨਾਂ 'ਤੇ ਇਹਨਾਂ ਦਾ ਬੋਝ ਵੀ ਹੈ। ਇਸੇ ਕਰਕੇ ਸਿੱਖ ਪੰਥ ਦੀ ਸਰਬ ਉੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਮੁੱਚੇ ਸਿੱਖ ਪੰਥ ਤੋਂ ਮਾਫ਼ੀ ਮੰਗਣ ਲਈ ਅਸੀਂ ਤੁਹਾਡੇ ਕੋਲ ਹਾਜ਼ਰ ਹੋਏ ਹਾਂ ਅਤੇ ਇਸ ਪੱਤਰ ਰਾਹੀਂ ਲਿਖਤੀ ਰੂਪ ਵਿੱਚ ਹੋਈਆਂ ਗਲਤੀਆਂ ਲਈ ਖਿਮਾ ਯਾਚਨਾ ਕਰਦੇ ਹਾਂ। ਸਾਡੇ ਵੱਲੋਂ ਹੋਈਆਂ ਇਹਨਾਂ ਭੁੱਲਾਂ ਅਤੇ ਗਲਤੀਆਂ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਮਤਿ ਪਰੰਪਰਾ ਅਨੁਸਾਰ ਦਿੱਤੀ ਗਈ ਕੋਈ ਵੀ ਸਜ਼ਾ ਅਸੀਂ ਪੂਰੀ ਸਿਦਕ ਦਿਲੀ ਅਤੇ ਨਿਰਮਤਾ ਸਹਿਤ ਭੁਗਤਣ ਲਈ ਤਿਆਰ ਹਾਂ ਤਾਂ ਜੋ ਅਸੀਂ ਆਪਣੀ ਆਤਮਾ ਅਤੇ ਪਏ ਭਾਰ ਤੋਂ ਸੁਰਖਰੂ ਹੋ ਸਕੀਏ। ਉਹ ਲਿਖਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਨੇੜ ਭਵਿੱਖ ਵਿੱਚ ਆਪਣੀ ਸਾਂਝੀ ਸੋਚ ਅਤੇ ਰਾਏ ਨਾਲ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਕੇ ਇਸ ਨੂੰ ਪਹਿਲਾਂ ਵਾਂਗ ਬੁਲੰਦੀਆਂ 'ਤੇ ਪਹੁੰਚਾਉਣ ਲਈ ਪੂਰੀ ਨਿਮਰਤਾ ਨਾਲ ਆਪਣੀ ਵਚਨਬੱਧਤਾ ਪ੍ਰਗਟ ਕਰਦੇ ਹੋਏ ਭਵਿੱਖ ਵਿੱਚ ਪੰਥ ਦੀ ਸੇਵਾ ਵਿੱਚ ਜੁਟ ਜਾਈਏ। ਗੁਰੂ, ਤੁਸੀਂ ਵੇਖ ਸਕਦੇ ਹੋ ਬੀਬੀ ਜਗੀਰ ਕੌਰ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਨੇ ਅਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਮਾਫ਼ੀਨਾਮਾ ਜਿਹੜਾ ਉਹ ਦਸਤਖਤ ਕੀਤਾ ਹੋਇਆ, ਇੱਕ ਮਾਫ਼ੀਨਾਮਾ ਦਿੱਤਾ ਜਾਣਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ ਜਿਹੜਾ ਉਹ ਇਸ ਗੱਲ ਨੂੰ ਲੈ ਕੇ ਮੰਥਨ ਚੱਲ ਰਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ। ਬਾਗੀ ਧੜਾ ਜਿਹੜਾ ਉਹ ਅੱਜ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਹੁੰਚਿਆ। ਤੁਸੀਂ ਦੇਖ ਸਕਦੇ ਹੋ ਅੱਜ ਤਸਵੀਰਾਂ, ਬੀਬੀ ਜਗੀਰ ਕੌਰ ਵੀ ਇੱਥੇ ਪਹੁੰਚੇ ਹੋਏ ਨੇ। ਲੰਬੇ ਸਮੇਂ ਤੋਂ ਕੌਮ ਬਹੁਤ ਵੱਡੀ ਦੁਬਿਧਾ 'ਚ ਫਸੀ ਹੋਈ, ਲੰਬੇ ਸਮੇਂ ਤੋਂ ਅਸੀਂ ਸਾਰੇ ਮਨਾਂ 'ਤੇ ਵੱਡਾ ਬੋਝ ਲੈ ਕੇ ਚੱਲ ਰਹੇ ਹਾਂ ਕਿਉਂਕਿ ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਿਰਜੀ ਹੋਈ ਪਾਰਟੀ ਹੈ ਔਰ ਪੰਥ ਦੀ ਇੱਕ ਰਾਜਨੀਤਿਕ ਪਾਰਟੀ ਹੈ, ਲੇਕਿਨ ਧਾਰਮਿਕ ਤੌਰ 'ਤੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਅਤੇ ਸਮਾਜ ਦੀਆਂ ਉੱਚੀਆਂ ਸੁੱਚੀਆਂ ਕਦਰਾਂ ਪਸਤ ਬਣਾਉਣ ਵਾਸਤੇ ਵੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ ਜਿਹੜਾ ਇਸਦਾ ਉਦੇਸ਼ ਹੈ। ਪੰਥ, ਦੇਸ਼, ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ, ਇਹ ਸਾਰੀਆਂ ਸਾਡੀਆਂ ਜ਼ਿੰਮੇਵਾਰੀਆਂ। ਕੁਝ ਕਾਰਨਾਂ ਕਰਕੇ ਅਸੀਂ ਕੁਝ ਥਾਵਾਂ 'ਤੇ ਫੇਲ ਹੋਏ, ਕੁਝ ਸਾਡੇ ਕੋਲ ਗਲਤੀਆਂ ਹੋਈਆਂ, ਕੁਝ ਸਾਡੇ ਕੋਲ ਭੁੱਲਾਂ ਹੋਈਆਂ ਔਰ ਕੌਮ ਨੇ ਉਹਨੂੰ ਬਹੁਤ ਮਨ ਨੂੰ ਲਾਇਆ, ਸਾਡੇ ਤੋਂ ਨਿਰਾਸ਼ ਹੋ ਗਏ, ਸਾਡੇ ਤੋਂ ਨਾਰਾਜ਼ ਹੋ ਗਏ ਔਰ ਸਾਡੇ ਤੋਂ ਦੂਰੀ ਬਣਾ ਲਈ। ਸਾਡੇ ਮਨਾਂ 'ਤੇ ਬੋਝ ਹੈ, ਅਸੀਂ ਬੜੀ ਵਾਰੀ ਕਹਿ ਕੇ ਸਾਰਿਆਂ ਨੂੰ ਕਿ ਕੌਮ ਚਾਹੁੰਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਮਾਫ਼ੀ ਮੰਗੀ ਜੀ, ਕਿਉਂਕਿ 22 ਦੇ ਵਿੱਚ ਜਦੋਂ ਅਸੀਂ ਇੱਕ ਝੂੰਦਾ ਕਮੇਟੀ ਬਣਾਈ ਸੀ ਉਹ ਰਿਪੋਰਟ ਸਾਰੇ ਪੰਜਾਬ ਦੇ ਲੋਕਾਂ ਦੀ ਸੀ, ਉਹਦੇ 'ਚ ਸਾਫ਼ ਲਿਖਿਆ ਗਿਆ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਸਾਰੀ ਲੀਡਰਸ਼ਿਪ ਮਾਫ਼ੀ ਮੰਗੀ ਹੈ। ਅਸੀਂ ਵਾਰ ਵਾਰ ਕਿਹਾ ਲੇਕਿਨ ਸਾਡੇ ਮੁਖੀ ਪ੍ਰਧਾਨ ਸਾਹਿਬ ਇਸ ਗੱਲ ਨੂੰ ਜਦੋਂ ਨਹੀਂ ਮੰਨੇ, ਹਾਰ ਕੇ ਅਸੀਂ ਫੈਸਲਾ ਕੀਤਾ ਕਿ ਅਸੀਂ ਕਿੰਨੀ ਕੁ ਮਾਰ ਖਾਈ ਜਾਣਾ, ਕਿਉਂ ਨਹੀਂ ਅਸੀਂ ਆਪਣੇ ਤੱਕ 'ਤੇ ਜਾ ਕੇ ਮਾਫ਼ੀ ਮੰਗਦੇ। ਸੋ ਇਸ ਦੇ ਸੰਬੰਧ ਵਿੱਚ ਅਸੀਂ ਉਹਨਾਂ ਭੁੱਲਾਂ ਦੀ ਮਾਫ਼ੀ ਮੰਗਣ ਆਏ ਹਾਂ। ਤੁਹਾਨੂੰ ਅਸੀਂ ਸਾਰੀ ਜਿਹੜੀ ਚਿੱਠੀ ਦਿੱਤੀ ਹੈ ਉਹ ਅਸੀਂ ਸਿੰਘ ਸਾਹਿਬ ਨੇ ਸਾਡੇ ਕੋਲ ਲੈ ਲਈ ਹੈ, ਸਵੀਕਾਰ ਕਰਕੇ ਰੱਖ ਲਈ ਹੈ। ਕਹਿੰਦੇ ਵੀ ਅਸੀਂ ਮੈਂ ਪੜ੍ਹ ਕੇ ਇਹ ਤੁਹਾਨੂੰ ਅਸੀਂ ਦੱਸ ਦਿਆਂਗੇ, ਅਸੀਂ ਕਿਹਾ ਸਾਨੂੰ ਜਲਦੀ ਤੋਂ ਜਲਦੀ ਬੁਲਾਇਆ ਜਾਵੇ ਤਾਂ ਜੋ ਸਾਡੇ ਮਨ ਦਾ ਬੋਝ ਜਿਹੜਾ ਉਹ ਉੱਤਰ ਜਾਵੇ। ਦੇਖੋ ਇਹ ਵਾਰ ਵਾਰ ਨਾ ਕਿਹਾ ਕਰੋ ਕਿ ਦੇਰ ਹੋ ਗਈ, ਅਸੀਂ ਵੀ ਸਮਝਦੇ ਹਾਂ ਦੇਰ ਹੋਈ, ਲੇਕਿਨ ਸਾਨੂੰ ਡਿਸਿਪਲਿਨ 'ਚ ਰਹਿ ਕੇ ਪਾਰਟੀ ਦਾ ਹੁਕਮ ਵੀ ਮੰਨਣਾ ਪੈਂਦਾ ਅਤੇ ਕੁਝ ਨਾ ਕੁਝ ਸੁਧਾਰ ਕਰਨ ਦੀ ਅਸੀਂ ਵਾਰ ਵਾਰ ਕਹਿੰਦੇ ਰਹੇ ਹਾਂ, ਲੇਕਿਨ ਜੋ ਨਹੀਂ ਮੰਨੇ ਹਾਰ ਕੇ ਫਿਰ ਅਸੀਂ ਆਏ ਹਾਂ। ਕਮ ਸੋ ਅਸੀਂ ਤਾਂ ਆਪਣੀ ਭੁੱਲ ਬਖਸ਼ਾ ਲਈਏ ਕਿਉਂਕਿ ਸਾਡੇ ਮਨ ਦਾ ਬੋਝ ਹਲਕਾ ਹੋਵੇ, ਸੋ ਇਸ ਕਰਕੇ ਅਸੀਂ ਆਏ ਹਾਂ ਅਤੇ ਗੁਰੂ ਕਿਰਪਾ ਕਰੇਗਾ, ਗੁਰੂ ਬਖਸ਼ਿਸ਼ ਕਰੇਗਾ ਕਿ ਸਾਡਾ ਜਿਹੜਾ ਬੋਝ ਉਤਰੇਗਾ ਉਹਨਾਂ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ। ਜੇ ਉਹਨਾਂ ਨੇ ਕਿਹੜੀਆਂ ਗਲਤੀਆਂ ਨੇ ਇੱਕ ਤੜਾ ਤੁਹਾਨੂੰ ਹੁਣੇ ਆ ਚਲੀ ਸੀ ਚਿੱਠੀ, ਇੱਕ ਤੜਾ ਚੁੱਕਾ, ਦੂਜਾ ਤੜਾ ਜਿਹੜਾ ਮੇਨ ਜਿਹੜਾ ਤੜਾ ਪਾ ਸਾਡਾ ਕੋਈ ਤੜਾ ਨਹੀਂ, ਉਹ ਵੀ ਨਾਲ ਸ਼ਾਮਲ ਹੋ ਸਾਡਾ ਕੋਈ ਤੜਾ ਨਹੀਂ, ਸ਼ਾਮਲ ਹੋ ਜਿਹੜੇ ਨਹੀਂ ਆਏ
ਔਰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰ ਅਸੀਂ ਸਾਰੇ ਆਵਾਜ਼ ਸ਼੍ਰੋਮਣੀ ਅਕਾਲੀ ਦਲ ਦੀ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਵਾਸਤੇ ਅਸੀਂ ਚੱਲੇ ਹਾਂ, ਉਹ ਲਹਿਰ ਚਲਾਉਣ ਜਾ ਰਹੇ ਹਾਂ ਤਾਂ ਜੋ ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਆਪਣੀਆਂ ਜਿਹੜੀਆਂ ਗਲਤੀਆਂ ਉਹ ਭੁੱਲਾਂ ਦੀ ਮੰਗ ਕਰੀਏ। ਸੁਖਬੀਰ ਸਿੰਘ ਬਾਦਲ ਇੱਕ ਵਾਰੀ ਮਾਫੀ ਮੰਗ ਚੁੱਕੇ ਸੀ ਜੀ, ਮਿਲਤੀ ਜਾਊਗੀ ਤਾਂ ਮੈਂ ਅਰਦਾਸ ਹੋਣੀ ਯਾਰ ਕਰ ਲਓ। ਪਰਿਵਾਰ ਦੇ ਨਜ਼ਦੀਕੀ ਮੰਨਿਆ ਜਾਂਦਾ ਪਰ ਅੱਜ ਤੁਸੀਂ ਜਿਹੜਾ ਹੈ ਇੱਕ ਤੁਹਾਡਾ ਨਾਮ ਪਰ ਬਾਗੀਆਂ 'ਚ ਆ ਰਿਹਾ। ਕੋਈ ਬਾਗੀ ਨਹੀਂ, ਸਾਰੇ ਗੁਰੂ ਨਾਲ ਜੁੜੇ ਹੋਏ ਹਾਂ, ਸੱਚੇ ਪਾਤਸ਼ਾਹ ਦੇ ਨਾਲ ਜੁੜੇ ਹੋਏ ਹਾਂ। ਸਾਡੇ ਮਨ 'ਚ ਭਾਵਨਾ ਸੀ ਕਿ ਅਸੀਂ ਗਲਤੀਆਂ ਕੀਤੀਆਂ ਨੇ, ਗਲਤੀਆਂ ਹੋਈਆਂ ਨੇ, ਉਹਦੀ ਜਾ ਕੇ ਗੁਰੂ ਅੱਗੇ ਸੱਚੇ ਪਾਤਸ਼ਾਹ ਅੱਗੇ ਪ੍ਰਾਰਥਨਾ ਕਰਦੇ ਮਾਫੀ ਮੰਗ ਲਈ। ਉਹ ਅੱਜ ਮਾਫੀ ਮੰਗੀ ਗਈ, ਅੱਜ ਸਾਰਾ ਬੋਝ ਲੈ ਗਿਆ। ਗੁਰੂ ਅੱਗੇ ਇਹ ਅਰਦਾਸ ਰੱਖਦੇ ਹਾਂ ਕਿ ਸੱਚੇ ਪਾਤਸ਼ਾਹ ਸਾਨੂੰ ਇਸੇ ਲੁੱਟ ਹਿੰਮਤ ਦੇਵੇ, ਤਾਕਤ ਦੇਵੇ, ਅਸੀਂ ਹੌਸਲੇ ਨਾਲ ਗੁਰੂ ਘਰ ਦੇ ਵਿੱਚ ਆ ਕੇ ਨਤਮਸਤਕ ਹੋ ਸਕੀਏ, ਜਿਹਦੇ ਨਾਲ ਜਿਹੜਾ ਤੁਹਾਡੇ ਮਨ ਦੇ ਉੱਤੇ ਬੋਝ ਹੈ ਉਹ ਲੈ ਜਾਵੇ। ਤੁਸੀਂ ਕਹਿ ਰਹੇ ਹੋ ਸਭ ਤੋਂ ਪਹਿਲੀ ਤੁਹਾਡੀ ਜਿਹੜੀ ਮਾਫੀ ਜਿਹਦੇ 'ਤੇ ਮੰਗ ਰਹੇ ਹੋ, ਕਿਹਾ ਜਦੋਂ ਪਰਚਾ ਖਾਰਜ ਹੋਇਆ ਉਦੋਂ ਤੁਸੀਂ ਲੋਕਾਂ ਨੇ ਸਹਿਮਤੀ ਜਿਤਾਈ ਸੀ। ਪਰਚਾ ਕਿਹੜਾ ਖਾਰਜ ਹੋਇਆ ਸੀ? ਜਦੋਂ 2012 'ਚ ਪਰਚਾ ਅਕਾਲੀ ਦਲ ਵੱਲੋਂ ਕੈਂਸਲ ਕੀਤਾ ਗਿਆ ਸੀ ਸਲਾਬਤਪੁਰੇ ਦੇ ਵਿੱਚ, ਮੈਂ ਕਦੇ ਉਹਦੇ 'ਚ ਸ਼ਾਮਿਲ ਨਹੀਂ ਹੋਇਆ। ਕਦੇ ਤੁਸੀਂ ਉਸ ਪਾਰਟ ਦਾ ਅਕਾਲੀ ਦਲ ਦਾ? ਮੈਂ ਸਾਰੀ ਪਾਰਟੀ ਸੀ ਉਹਦਾ, ਉਹ ਇਸੇ ਗੱਲ ਦੀ ਮਾਫੀ ਮੰਗਣ ਆਇਆ। ਜੇ ਉਹ ਅਸੀਂ ਉਦੋਂ ਬੋਲੇ ਹੁੰਦੇ, ਉਦੋਂ ਕੀਤਾ ਹੁੰਦਾ, ਫਿਰ ਤਾਂ ਆਉਣ ਦੀ ਲੋੜ ਹੀ ਨਹੀਂ ਸੀ। ਅਸੀਂ ਇਸੇ ਗੱਲ ਦੀ ਮਾਫੀ ਮੰਗ ਰਹੇ ਹਾਂ ਕਿ ਅਸੀਂ ਸਰਕਾਰ ਦਾ ਪਾਰਟ ਸੀ ਪਰ ਅਸੀਂ ਉਦੋਂ ਬੋਲੇ ਨਹੀਂ, ਚੁੱਪ ਰਹੇ, ਉਸ ਗੱਲ ਦੀ ਗੁਰੂ ਅੱਗੇ ਮਾਫੀ। ਕੀ ਰਣਨੀਤੀ ਹੈਗੀ ਅਗਲੀ ਹੁਣ ਤੁਹਾਡੀ? ਅੱਗੇ ਉਹ ਫਿਰ ਬਾਅਦ 'ਚ ਦੱਸਾਂਗੇ। ਅੱਜ ਜਿਹੜੀ ਸਿੰਘ ਸਾਹਿਬ ਨਾਲ ਮੁਲਾਕਾਤ ਵੀ ਹੋਈ ਹੈ, ਉਹਨਾਂ ਕੋਲ ਜਾ ਕੇ ਹੱਥ ਜੋੜ ਕੇ ਐਪਲੀਕੇਸ਼ਨ ਦਿੱਤੀ ਉਹਨੂੰ ਕਿ ਜੋ ਵੀ ਸਾਡੀ ਸਜ਼ਾ ਬਣਦੀ ਹੈ ਜੋ ਤੁਸੀਂ ਠੀਕ ਮੰਨਦੇ। ਦੇਖੋ ਮੁੱਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਮੇਰੇ ਕਹਿਣ ਦੀ ਲੋੜ ਨਹੀਂ। ਸਿੰਘ ਸਾਹਿਬ ਦੱਸੇ ਐਪਲੀਕੇਸ਼ਨ ਦਿੱਤੀ ਡੀਜੀਪੀ ਹੋਣ ਦੇ ਨਾਲ ਦੀ ਗੱਲ ਕਿ ਅਸੀਂ ਉਦੋਂ ਨਹੀਂ ਬੋਲੇ ਹਾਂ ਤੇ ਉਹ ਸਾਡੀ ਗਲਤੀ ਸੀ, ਉਸ ਗੱਲ ਦੀ ਮਾਫੀ ਅੱਜ ਅਸੀਂ ਲੈਣਾ ਹੈ। ਜਦ ਤੁਸੀਂ ਸੋਚਦੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਚੰਦੂ ਮਾਜਰਾ ਸਾਹਿਬ ਜੀ, ਮੈਂ ਕਦੇ ਕਿਸੇ ਨਾਲ ਜ਼ਿੰਦਗੀ 'ਚ ਖੁੰਦਕ ਰੱਖੀ? ਕਦੇ ਦੇਖੀਆ ਤੁਸੀਂ? ਇੱਕ ਬੰਦੇ ਦੱਸ ਦਿਓ, ਮੈਂ ਕਦੇ ਜ਼ਿੰਦਗੀ 'ਚ ਆਪਣਾ ਟੈਂਪਰ ਲੂਜ਼ ਨਹੀਂ ਕੀਤਾ, ਕਦੇ ਕਿਸੇ ਨਾਲ ਖੁੰਦਕ ਨਹੀਂ ਰੱਖੀ। ਬਖਸ਼ਿਸ਼ ਗੁਰੂ ਮਹਾਰਾਜ ਨੇ ਐਡੀ ਕੀਤੀ ਹੋਈ ਹੈ, ਸੱਚੇ ਪਾਤਸ਼ਾਹ ਨੇ ਐਡੀ ਐਡੀ ਬਖਸ਼ ਕੀਤੀ ਹੈ ਜਿਹੜਾ ਮੈਂ ਸੁਪਨੇ 'ਚ ਵੀ ਨਹੀਂ ਸੋਚ ਸਕਦਾ, ਜਿਹੜਾ ਬੰਦਾ ਸੁਪਨਾ ਵੀ ਨਹੀਂ ਲੈ ਸਕਦਾ। ਜਿਹੜੀ ਚੀਜ਼ ਪਰਮਾਤਮਾ ਉਹ ਵੀ ਦੇ ਦੇਵੇ, ਫਿਰ ਵੀ ਕਿਸੇ ਨਾਲ ਆਪਾਂ ਖੁੰਦਕ ਰੱਖੀਏ, ਕਿਸੇ ਨਾਲ ਹੋਰ ਰੱਖੀਏ। ਮੇਰੀ ਕਿਸੇ ਨਾਲ ਖੁੰਦਕ ਨਹੀਂ, ਸਤਿ ਸੁਖਬੀਰ ਸਿੰਘ ਬਾਦਲ ਨਾਲ ਵੀ ਮੇਰੀ ਖੁੰਦਕ ਨਹੀਂ, ਹੋਰ ਕਿਸੇ ਨਾਲ ਵੀ ਖੁੰਦਕ ਨਹੀਂ। ਸਾਰੇ ਇਹ ਗੁਰੂ ਦੀਆਂ ਬਖਸ਼ਿਸ਼ਾਂ ਨੇ ਕਿ ਇੱਥੇ ਫਿਰਦੇ ਹਾਂ, ਤੁਹਾਡੇ ਕੋਲ ਆਏ ਹਾਂ, ਅਤੇ ਜੇ ਗੁਰੂ ਦੀ ਬਖਸ਼ਿਸ਼ ਨਾ ਹੋਵੇ ਮੇਰੇ ਵਰਗੇ ਬੰਦੇ ਸੋਚ ਸਾਂਝੀ ਨਹੀਂ ਲਾਉਂਦਾ। ਦੇਖੋ ਸਵਾਲ ਉਹਨਾਂ ਦਾ ਪੁੱਛਦੇ, ਮੇਰੇ ਕੋਲ ਕੋਈ ਨਹੀਂ, ਇਹ ਤੁਹਾਡੇ ਕੋਲ ਆਇਆ ਹੋਣਾ, ਮੇਰੇ ਕੋਲ ਤਾਂ ਆਇਆ ਨਹੀਂ, ਨਾ ਮੈਨੂੰ ਪਤਾ। ਇਹ ਤਾਂ ਬਾਬੇ ਨਾਨਕ ਨੇ ਆਪੇ ਸਾਨੂੰ ਕੋਈ ਨਾ ਕੋਈ ਲੱਭ ਦੇਣਾ ਜੀ, ਜਿਹੜਾ ਕੋਈ ਲੈਣਾ ਉਹ ਬਾਬੇ ਨਾਨਕ ਦਾ ਲਾਇਆ ਪਿਆ, ਨਾ ਤੁਹਾਡੇ ਕਹੇ 'ਤੇ ਲੱਗਣਾ, ਨਾ ਮੇਰੇ ਕਹੇ 'ਤੇ ਲੱਗਣਾ, ਨਾ ਮੈਂ ਕਦੇ ਪ੍ਰਧਾਨ ਦੇ ਕਹਿੰਦੇ, ਮੈਂ ਕਿਸੇ ਚੀਜ਼ ਦਾ ਵੀ ਉਹ ਹੋਇਆ। ਜਦੋਂ ਬਾਦਲ ਸਾਹਿਬ ਨੇ ਮੈਨੂੰ ਮੰਤਰੀ ਬਣਾਇਆ ਉਦੋਂ ਵੀ ਮੈਂ ਮੰਤਰੀ ਬਣਦੇ ਉਹ ਨਹੀਂ ਸੀਗਾ, ਮੈਂ ਤਾਂ ਗੁਰੂ ਦੇ ਚਰਨਾਂ 'ਚ ਰਹਿਣ ਵਾਲਾ ਇਨਸਾਨ ਹਾਂ। ਜਿੱਥੇ ਪਹੁੰਚਿਆ ਉਹ ਵੀ ਬਹੁਤ ਵੱਡੀ ਗੱਲ ਹੈ ਮੇਰੇ ਲਈ, ਤਾਂ ਮੈਂ ਤੁਹਾਨੂੰ ਦੱਸਿਆ ਮੇਰੇ ਵਰਗੇ ਬੰਦੇ ਕੋਈ ਸਾਂਝੀ ਵੀ ਨਹੀਂ ਲਾਉਂਦਾ, ਕਿਹਨੇ ਕਿਹੜਾ ਕੰਮ ਕਰਨਾ। ਇਹ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਜੀ, ਉਹ ਕੱਢ ਦੇਣ, ਉਹ ਰੱਖ ਲੈਣ, ਸਾਡੀ ਤਾਂ ਉਹਨਾਂ ਅੱਗੇ ਨਿਮਰਤਾ ਹੀ ਹੈ ਕਿ ਆਪਾਂ ਸਾਰੇ ਇਕੱਠੇ। ਇਹ ਸਾਰੀਆਂ ਗੱਲਾਂ ਅੱਜ ਤੋਂ ਬਾਅਦ ਕਰਾਂਗੇ, ਅੱਜ ਗੁਰੂ ਦੇ ਚਰਨਾਂ 'ਚ ਆਏ ਹਾਂ, ਅੱਜ ਗੁਰੂ ਦੇ ਚਰਨਾਂ 'ਚ ਰਹਿਣ ਦੇ। ਧੰਨਵਾਦ। ਸਾਡੇ ਕੋਲ ਆਉਣ ਤਾਂ ਨਹੀਂ ਆਈਆਂ ਨੇ, ਅਸੀਂ ਇਸ ਕਰਕੇ ਤੁਹਾਡੇ
ਚਰਨਾਂ 'ਚ ਪੇਸ਼ ਹੋਏ ਹਾਂ ਵੀ ਸਾਡੀਆਂ ਗਲਤੀਆਂ ਨੇ, ਉਹਨਾਂ ਗਲਤੀਆਂ 'ਤੇ ਜੋ ਸਜ਼ਾ ਸਾਨੂੰ ਮਿਲਦੀ ਹੈ ਉਹ ਦਿਓ। ਸੁਖਬੀਰ ਸਿੰਘ ਬਾਦਲ ਦੇ ਧੜੇ ਵੱਲੋਂ ਕਿਸੇ ਲੀਡਰ ਨੇ ਮੁਲਾਕਾਤ ਕਰਨ ਦੀ, ਸਮਝੌਤਾ ਕਰਨ ਦੀ ਗੱਲ ਆਖੀ ਹੋਈ? ਮੇਰੀ ਨਾਲੇ 'ਚ ਘੱਟੋ ਘੱਟ ਮੇਰੀ ਨਾਲੇ 'ਚ, ਮੈਂ ਤਾਂ ਨਾਲੇ ਭਾਗੀ ਨਹੀਂ ਇਹਨਾਂ ਚੀਜ਼ਾਂ ਦਾ, ਮੈਂ ਤਾਂ ਹਾਲੇ ਕੱਲ੍ਹ ਆਇਆ, ਕਿਉਂਕਿ ਨਾ ਤਾਂ ਮੈਂ ਕਦੀ ਉਹਨਾਂ ਦੇ ਗਲਤੀਆਂ ਦਾ ਜ਼ਿਕਰ ਤਾਂ ਸ਼ੁਰੂ ਤੋਂ ਹੁੰਦਾ ਹੈ। ਲੋਕ ਬੜਾ ਦਿਲ ਕੇ ਬਰਨਾਲੇ ਹੋਣਾ ਨੇ, ਗਲਤੀਆਂ ਹੋਈਆਂ ਸੀ, ਮਾਫ਼ੀ ਮੰਗੀ ਸੀ ਫੱਟੀ ਪਵਾ ਕੇ, ਬਿਲਕੁਲ ਸਾਹਮਣੇ ਆ ਕੇ ਕੱਲ੍ਹ ਤੱਕ ਪੇਸ਼ ਹੋਏ ਸੀਗੇ ਲੋਕ ਕੇ ਨਹੀਂ ਯਾਰ। ਗੁਰੂ ਘਰ ਦੇ ਵਿੱਚ ਪਿੱਛੇ ਜਾਣ ਦਾ ਅੱਗੇ ਜਾਣ ਦਾ ਇਹ ਕੀ ਮਤਲਬ ਹੈ? ਗੁਰੂ ਘਰ ਦੀ ਜਿਹੜੀ ਮਰਜ਼ਾਦਾ ਵਾ ਉਸ ਤਰ੍ਹਾਂ ਮਾਫ਼ੀ ਮੰਗਣੀ ਚਾਹੀਦੀ ਸੀ, ਉਹ ਮਾਫ਼ੀ ਨਹੀਂ ਮੰਗੀ। ਹਾਂਜੀ ਹਾਂਜੀ, ਵੇਖੋ ਇੱਥੇ ਬੂਟਾ ਸਿੰਘ ਹੋਮ ਮਿਨਿਸਟਰ ਵੀ ਹੋਇਆ, ਇੱਥੇ ਗਿਆਨੀ ਜੀ ਵੀ ਹੋਏ, ਇੱਥੇ ਬਰਨਾਲਾ ਸਾਹਿਬ ਵੀ ਹੋਏ, ਜਿਹੜਾ ਜਿਹੜਾ ਵੀ ਇਸ ਗੁਰੂ ਘਰ 'ਤੇ ਨਿਊ ਕੇ ਆਇਆ ਵਾ ਉਹਨੂੰ ਮਾਫ਼ੀ ਵੀ ਮਿਲੀ ਆ। ਇੱਥੇ ਤਾਂ ਨਿਊ ਕੇ ਆਉਣਾ ਚਾਹੀਦਾ, ਇਹ ਨਹੀਂ ਕਹਿਣਾ ਚਾਹੀਦਾ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਸੰਗਤ ਅਕਾਲ ਤਖ਼ਤ ਨਾਲੋਂ ਸਭ ਤੋਂ ਉੱਤਮ ਆ। ਕੀ ਪ੍ਰਕਿਰਿਆ ਰਹਿਣ ਵਾਲੀ ਹੈ ਜੀ? ਅੱਜ ਤਾਂ ਮੇਰਾ ਖਿਆਲ ਹੈ ਜੀ ਇਹਨਾਂ ਨੇ ਲਿਖ ਕੇ ਦਿੱਤਾ ਵੀ ਸਾਡੇ ਕੋਲ ਆਹ ਗਲਤੀਆਂ ਹੋਈਆਂ, ਅਤੇ ਗਲਤੀਆਂ ਦਾ ਵਿੱਚ ਜ਼ਿਕਰ ਆ, ਅਤੇ ਸਾਨੂੰ ਅਸੀਂ ਸਰਕਾਰ ਦਾ ਹਿੱਸਾ ਸਾਂ, ਅਸੀਂ ਉਸ ਵੇਲੇ ਬੋਲੇ ਨਹੀਂ, ਸਾਨੂੰ ਬੋਲਣਾ ਚਾਹੀਦਾ ਸੀ। ਬੇਸ਼ੱਕ ਵਨ ਮੈਨ ਆਰਮੀ ਸੀ, ਫੈਸਲੇ ਤਾਂ ਸੁਖਬੀਰ ਦੇ ਸੀ, ਪਰ ਭਾਗੀਆਂ ਦੇ ਅਸੀਂ ਵੀ ਆ, ਇਸ ਕਰਕੇ ਉਹ ਲਿਖ ਕੇ ਗਲਤੀਆਂ ਦਿੱਤੀਆਂ ਇਹਨਾਂ ਨੇ ਜਥੇਦਾਰ ਜੀ ਨੂੰ। ਜਥੇਦਾਰ ਜੀ ਜਦੋਂ ਇਹਨਾਂ ਨੂੰ ਟਾਈਮ ਦੇਣਗੇ ਤਾਂ ਫਿਰ ਪੇਸ਼ ਹੋਣਗੇ ਨਿਊ ਕੇ ਚਰਨਾਂ 'ਚ, ਜੋ ਹੁਕਮ ਕਰਨਗੇ ਮਿਲਣਾ ਮਿਲਣਾ ਪਊਗਾ। ਨਹੀਂ ਜੀ, ਅਕਾਲ ਤਖ਼ਤ 'ਤੇ ਤਾਂ ਹਮੇਸ਼ਾ ਪੁੱਤ ਆਉਂਦੇ ਰਹੇ ਹਾਂ, ਅਕਾਲ ਤਖ਼ਤ ਸਾਡੇ ਵਾਸਤੇ ਸੁਪਰੀਮ ਆ। ਜਦੋਂ ਮਿਸਲਾਂ ਦਾ ਵੀ ਝਗੜਾ ਹੁੰਦਾ ਸੀ ਉਦੋਂ ਵੀ ਇੱਥੇ ਮੁੱਕਦਾ ਸੀ। ਨਹੀਂ, ਜ਼ਮੀਨ ਤਾਂ ਇੱਕੋ ਜਿਹੀ ਆ ਜੀ, ਜ਼ਮੀਨ ਤਾਂ ਅਕਾਲੀ ਦਲ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਜਿਸ ਅਕਾਲੀ ਦਲ ਨੂੰ ਪਿਛਲੇ 10 ਸਾਲਾਂ 'ਚ ਕਦੀ 3 ਸੀਟਾਂ, ਕਦੀ 1 ਸੀਟ, ਕਦੀ 10 'ਤੇ ਜ਼ਮਾਨਤਾਂ, ਜਬ ਤਾਂ ਜ਼ਮੀਨ ਤਾਂ ਸਾਰਿਆਂ ਨੂੰ ਤਲਾਸ਼ਣ ਵਾਸਤੇ ਫਿਕਰਮੰਦ ਹੋਣਾ ਚਾਹੀਦਾ ਸਾਰੇ ਤੋਂ। ਦੇਖੋ ਮੈਂ ਗੁਰੂ ਘਰ ਦੇ ਸਾਹਮਣੇ ਖੜਾ, ਮੈਂ ਤਾਂ ਬੀਜੇਪੀ ਨੂੰ ਹਾਲੇ ਜਾਣਦਾ ਵੀ, ਮੈਂ ਤਾਂ ਕਦੀ ਕਹਿਣ ਨੂੰ ਤਾਂ ਜੋ ਮਰਜ਼ੀ ਕਹੂਗਾ, ਜਦੋਂ ਉਹਦੇ ਕੋਲ ਕੁਰਸੀ ਖੋਸਦੀ ਆ ਸਾਰਿਆਂ 'ਤੇ ਇਲਜ਼ਾਮ ਲਾਉਂਦਾ। ਆਪ ਉਹ ਬੀਜੇਪੀ ਨੇ ਉਹਨੂੰ ਵਾਜਪਾਈ ਦੇ ਨਾਲ, ਉਹ ਵਜ਼ੀਰ ਸੀ, ਉਹਦੀ ਧਰਮ ਪਤਨੀ ਮੋਦੀ ਸਾਹਿਬ ਦੇ ਨਾਲ 2 ਵਾਰੀ ਵਜ਼ੀਰ ਸੀ, ਉਹ ਨਹੀਂ ਬੀਜੇਪੀ, ਇਹ ਬੀਜੇਪੀ ਨੇ। ਜਦੋਂ ਕੁਰਸੀ ਹਿੱਲਦੀ ਆ ਉਦੋਂ ਬੀਜੇਪੀ ਉਹਨਾਂ ਨੂੰ ਚੇਤੇ ਆ ਜਾਂਦੇ ਆ, ਅਦਰਵਾਈਜ਼ ਬੀਜੇਪੀ ਕੋਲ ਤਾਂ ਹੁਣ ਵੀ ਜਾ ਕੇ ਆਏ। ਉਹਨਾਂ ਨੇ ਲੋਕਾਂ ਨੇ ਪੁੱਛਿਆ ਵੀ ਤੂੰ ਹੁਣ ਕਿਉਂ ਗਿਆ, ਕਹਿੰਦਾ ਬਾਦਲ ਸਾਹਿਬ ਦੇ ਉਹ ਆਏ ਸੀ ਅਫਸੋਸ ਕਰਨ ਮੋਦੀ ਜੀ, ਅਤੇ ਮੈਂ 1.5 ਸਾਲ ਬਾਅਦ ਥੈਂਕਸ ਕਰਨ ਗਿਆ। ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬਾਨ ਨੂੰ ਮਿਲਣਾ, ਨਾਲ ਦੀ ਨਾਲ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਨੀ ਹੈ, ਔਰ ਖਿਮਾ ਜਾਚਣਾ ਵਾਸਤੇ ਸਾਰੀ ਲੀਡਰਸ਼ਿਪ ਜਿਨ੍ਹਾਂ ਤੋਂ ਪੁਰਾਣੇ ਟਾਈਮ 'ਤੇ ਗਲਤੀਆਂ ਹੋਈਆਂ ਨੇ, ਜਦੋਂ ਉਹ ਵਿੱਚ ਬੈਠੇ ਸਨ ਅਤੇ ਬੋਲ ਨਹੀਂ ਸਕੇ, ਔਰ ਬੋਲੇ ਹੀ ਤਾਂ ਕਿਸੇ ਸੁਣੀ ਨਹੀਂ, ਉਹਦੇ ਕਰਕੇ ਉਹ ਅੱਜ ਇੱਕ ਚਿੱਠਾ ਵੀ ਲਿਖ ਕੇ ਲੈ ਕੇ ਆਇਆ ਵੀ ਆਹ ਗਲਤੀਆਂ ਹੋਈਆਂ, ਅਸੀਂ ਬੋਲਿਆ ਸਾਡੀ ਸੁਣੀ ਨਹੀਂ ਗਈ, ਅਤੇ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਜਾ ਰਿਹਾ ਹੈ, ਜਿਹੜਾ ਉਹ ਇੱਕ ਲੈ ਕੇ ਆਏ ਨੇ ਗਲਤੀਆਂ ਵਾਲਾ ਇੱਕ ਚਿੱਠਾ। ਸੋ ਉਸ ਤੋਂ ਬਾਅਦ ਅਰਦਾਸ ਹੋਣੀ ਆ, ਅਰਦਾਸ ਤੋਂ ਬਾਅਦ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਣਾ, ਉਸ ਤੋਂ ਬਾਅਦ ਲੰਗਰ ਦੀ ਸੇਵਾ ਵੀ ਕਰਨੀ, ਲੰਗਰ 'ਚ ਵੀ ਜਾਣਾ, ਉਸ ਤੋਂ ਬਾਅਦ ਬਾਬੇ ਭੂਰੀ ਵਾਲਿਆਂ ਦੇ ਜਾ ਕੇ ਉੱਥੇ ਵੀ ਜਾਣ ਦਾ ਪ੍ਰੋਗਰਾਮ ਆ, ਸਿੰਘ ਸਾਹਿਬ ਭਾਈ ਰਾਮ ਸਿੰਘ ਉਹਨਾਂ ਦੇ ਘਰ ਵੀ ਸਾਰੀ ਲੀਡਰਸ਼ਿਪ ਨੇ ਜਾਣਾ, ਉੱਥੇ ਵੀ ਚਾਹ ਦਾ ਪ੍ਰੋਗਰਾਮ ਆ। ਸੋ ਖਿਮਾ ਜਾਚਨਾ ਕਰਨ ਵਾਸਤੇ ਆਏ ਹਾਂ ਅੱਜ, ਕੋਈ ਵੱਧ ਕੇ ਗੱਲ ਤਾਂ ਕਰਨੀ ਗੱਲ ਇੰਨੀ ਹੋਈ ਕਿ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਕਹਿੰਦੇ ਇਕੱਠੇ ਹੋ ਕੇ ਅਕਾਲੀ ਦਲ ਮੇਰੇ ਕੋਲ ਆ ਜੇ, 2 ਫਾੜਨ ਦਾ ਹੋਵੇ, ਜੇ ਇਕੱਠਾ ਹੋ ਕੇ ਆਉਂਦਾ ਫਿਰ ਮੈਂ ਪ੍ਰਧਾਨਗੀ ਨੂੰ ਲੈ ਕੇ ਸੋਚ ਸਕਦਾ, ਵਿਚਾਰ ਸਕਦਾ ਵੀ ਪ੍ਰਧਾਨਗੀ ਕਰਨੀ ਹੈ ਕਿ ਨਹੀਂ, ਕੋਈ ਪਤਾ ਨਹੀਂ ਅਜੇ ਉਹਨਾਂ ਨੂੰ। ਤੁਹਾਨੂੰ ਦੱਸ ਦਈਏ ਕਿ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਰਿੜਕਾ ਪਿਆ ਹੋਇਆ, ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ।
ਇੱਕ ਧੜਾ ਸੁਖਬੀਰ ਸਿੰਘ ਬਾਦਲ ਨੂੰ ਲਾਉਣ ਦੀ ਗੱਲ ਕਰ ਰਿਹਾ, ਇਸੇ ਕਰਕੇ ਅੱਜ ਇਹ ਜਿਹੜਾ ਬਾਗੀ ਧੜਾ ਹੈ ਜਿਹਦੇ ਵਿੱਚ ਸ਼ਾਮਲ ਨੇ ਸਾਬਕਾ SGPC ਦੇ ਪ੍ਰਧਾਨ ਅਤੇ ਕੈਬਨਿਟ ਮਿਨਿਸਟਰ ਬੀਬੀ ਜਗੀਰ ਕੌਰ, ਪ੍ਰੋਫੈਸਰ ਚੰਦੂ ਪ੍ਰੇਮ ਸਿੰਘ ਚੰਦੂ ਮਾਜਰਾ, ਹੋਰ ਵੀ ਬਹੁਤ ਸਾਰੇ ਇੱਥੇ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ, ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਸੌਂਪੀ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਅਰਦਾਸ ਵੀ ਕੀਤੀ ਹੈ ਅਤੇ ਆਪਣੀਆਂ ਭੁੱਲਾਂ ਬਖਸ਼ਾਉਣ ਲਈ ਆਖਿਆ। ਹੁਣ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀ ਉਥਲ ਪੁਥਲ ਹੋਏਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਇੱਕ ਵੱਡਾ ਦਿਨ ਹੈ, ਜਦੋਂ ਕਿ ਸਮੁੱਚੀ ਲੀਡਰਸ਼ਿਪ ਜਿਹੜੀ ਕਿ ਬਾਗੀ ਹੋ ਚੁੱਕੀ ਹੈ, ਉਹਨਾਂ ਨੇ ਆਪ ਮੰਨ ਲਿਆ ਕਿ ਜਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਤਾਂ ਬਹੁਤ ਸਾਰੀਆਂ ਭੁੱਲਾਂ ਜਿਹੜੀਆਂ ਸਾਡੇ ਕੋਲ ਹੋਈਆਂ ਸਨ। ਅੰਮ੍ਰਿਤਸਰ ਤੋਂ D4 ਨਿਊਜ਼ ਦੀ ਦੀਪਕ ਭੰਡਾਰੀ ਦੀ ਖਾਸ ਰਿਪੋਰਟ।